ਸਿੰਘ ਜਿਨ੍ਹਾਂ ਦੀ ਸਟੋਰੀ ਹੈ ਇਹ, ਉਹਨਾਂ ਦਾ ਮੈਂ ਇੱਕ ਸੌਂਗ ਰਿਲੀਜ਼ ਕੀਤਾ ਸੀ ਜੀ ਭਗਤ ਸਿੰਘ 'ਤੇ ਸੀਗਾ ਗਾਣਾ, ਅਤੇ ਉਸ ਤੋਂ ਬਾਅਦ ਸਾਡੀ ਗੱਲਬਾਤ ਜਦੋਂ ਹੋਈ ਉਹਨਾਂ ਨੇ ਮੈਨੂੰ ਇੱਕ ਸਟੋਰੀ ਸੁਣਾਈ ਕਿ ਭਾਅ ਜੀ ਵੀ ਅਸਲ ਜ਼ਿੰਦਗੀ ਤੋਂ ਪ੍ਰਭਾਵਿਤ ਹੈ ਫਿਲਮ ਵੀ ਤੁਸੀਂ ਦੇਖੋ, ਤਾਂ ਮੈਨੂੰ ਉਹਨਾਂ ਜਦੋਂ ਮੈਨੂੰ ਸਟੋਰੀ ਭੇਜੀ ਤਾਂ ਮੈਨੂੰ ਬਹੁਤ ਵਧੀਆ ਲੱਗੀ। ਮੈਂ ਕਿਹਾ ਵੀ ਆਪਾਂ ਇਹਨੂੰ ਬਣਾ ਸਕਦੇ ਹਾਂ ਸ਼ੋਰਟ ਫਿਲਮ, 18 ਮਿੰਟ ਦੀ ਜਾਂ 20 ਮਿੰਟ ਦੀ ਬਣੇਗੀ, ਅਤੇ ਸਾਡਾ ਮਤਲਬ ਅਸੀਂ ਉੱਥੇ ਕੰਮ ਕਰਨਾ ਸ਼ੁਰੂ ਕਰ ਦਿੱਤਾ। ਅਤੇ ਅਸੀਂ 4 ਜਾਂ 5 ਦਿਨ ਸ਼ੂਟ ਕੀਤਾ, ਉਸ ਤੋਂ ਬਾਅਦ ਕਾਫੀ ਕੰਮ ਸੀ ਮੈਨੂੰ। ਕਈ ਵਾਰੀ ਇਹ ਨਵਾਂ ਐਕਸਪੀਰੀਅੰਸ ਸੀਗਾ ਕਿ ਮੈਂ ਦਰਸ਼ਕ ਜ਼ਿਆਦਾ ਸੀ ਤਾਂ ਡਾਇਰੈਕਟਰ ਘੱਟ ਕਹਿ ਸਕਦਾ, ਡਾਇਰੈਕਟਰ ਤਾਂ ਸੋਚਿਆ ਵੀ ਨਹੀਂ, ਪਰ ਮੈਂ ਦਰਸ਼ਕ ਦੇ ਤੌਰ 'ਤੇ ਫਿਲਮ ਨੂੰ ਸੋਚਦਾ ਸੀਗਾ ਵੀ ਇਹ ਇਹਨੂੰ ਇੱਦਾਂ ਬਣਾਇਆ ਜਾ ਸਕਦਾ। ਅਤੇ ਕੋਸ਼ਿਸ਼ ਕੀਤੀ, ਬਹੁਤ ਮਿਹਨਤ ਕੀਤੀ ਸਾਰੀ ਟੀਮ ਨੇ ਸਾਡੀ, ਅਤੇ ਫਿਲਮ ਬਣ ਕੇ ਰੈਡੀ ਹੋ ਗਈ। ਕਿੰਨੇ ਕਲਾਕਾਰ ਹੈਗੇ ਟੋਟਲ ਇਹਦੇ ਵਿੱਚ? 8 ਕਲਾਕਾਰ ਹੈ ਜੀ। ਮੇਨ ਲੀਡ ਦੇ ਵਿੱਚ ਰਾਜ ਕੌਰ ਹੈ ਅਤੇ ਪਵਨ ਕਾਲੂ ਹੈ। ਰਾਜ ਕੌਰ ਪਵਨ ਕਾਲੂ ਦੇਵਿਡ ਸ਼ੁਕਰ, ਅਤੇ ਨਾਲ ਰਜਿੰਦਰ ਕੌਰ, ਫਿਰ ਪਾਲਜਿੰਦਰ ਭੰਗੂ, ਅਤੇ ਮਨੀਸ਼ਾ ਵਰਮਾ, ਉਹ ਛੋਟੀ ਬੱਚੀ ਦਾ ਉਹਨੇ ਸਿਸਟਰ ਦਾ ਕਰੈਕਟਰ ਕੀਤਾ, ਅਤੇ ਇੱਕ ਮਹਿਕ ਪ੍ਰੀਤ ਹੈ ਕੁੜੀ, ਉਹਨੇ ਸਿਸਟਰ ਦਾ ਕਰੈਕਟਰ ਕੀਤਾ। ਮਿਊਜ਼ਿਕ ਵੀ ਇਹਦੇ 'ਚ ਲੋੜ ਪਈ? ਹਾਂ, ਮਿਊਜ਼ਿਕ ਜੀ ਇੱਕ ਸੌਂਗ ਆ ਮੇਰਾ ਖੁਦ ਦਾ ਗਾਇਆ ਹੋਇਆ ਮਿਊਜ਼ਿਕ, ਮੈਂ ਇਹਦਾ ਖੁਦ ਕੀਤਾ। ਬੈਕਗਰਾਊਂਡ ਸਕੋਰ ਜਿਹੜਾ ਉਹ ਰੈੱਡ ਰੈਕਰਸ ਨੇ ਕੀਤਾ ਜੀ, ਅਤੇ ਬਾਕੀ ਜਿਵੇਂ ਜਿਵੇਂ ਵੀ ਇਹਦਾ ਸੀਗਾ ਵੀ ਆਹ ਚੀਜ਼ ਅਸੀਂ ਡੱਬਿੰਗ ਸੀਗੀ ਉਹਨੂੰ ਵੀ ਕੰਪਲੀਟ ਕੀਤਾ, ਫੋਲੀ ਕੀਤੀ, ਸਾਰਾ ਕੁਛ ਮਤਲਬ ਇੱਕ ਡੱਬਿੰਗ। ਸ਼ੇਰੇ ਫਿਲਮ ਨੂੰ ਰਿਲੀਜ਼ ਕਿੱਥੇ ਕਰੋਗੇ? ਰਿਲੀਜ਼ ਜੀ ਅਸੀਂ ਇਹਨੂੰ ਫਿਲਮ ਨੂੰ ਪਹਿਲਾਂ ਦੁਬਈ ਥੀਏਟਰ ਦੇ ਵਿੱਚ ਉੱਥੇ ਕਰਨ ਲੱਗੇ ਜੀ, ਅਸੀਂ 15 ਤੋਂ ਬਾਅਦ ਉੱਥੇ ਜਾਵਾਂਗੇ, ਉਸ ਤੋਂ ਬਾਅਦ ਫਿਰ ਅਸੀਂ ਉੱਥੇ ਥੀਏਟਰ 'ਚ ਰਿਲੀਜ਼ ਹੋਏਗੀ। ਅਤੇ ਇੱਥੇ ਇੰਡੀਆ 'ਚ ਕਿਸ ਤਰ੍ਹਾਂ ਕਰੋਗੇ? ਇੰਡੀਆ ਦੇ ਵਿੱਚ ਵੀ ਅਸੀਂ ਸਕਰੀਨਿੰਗ ਰੱਖਾਂਗੇ ਜੀ, ਉੱਥੇ ਵੀ ਸਕਰੀਨਿੰਗ ਹੈ, ਅਤੇ ਬਾਕੀ 18 ਮਿੰਟ ਦੀ ਮੂਵੀ ਆ, ਅਤੇ ਅਸੀਂ ਬਾਅਦ ਦੇ ਵਿੱਚ ਅਸੀਂ ਯੂਟਿਊਬ ਦੇ ਉੱਪਰ ਉਹਨੂੰ ਰਿਲੀਜ਼ ਕਰਾਂਗੇ। ਫਿਰ ਅਲੱਗ ਅਲੱਗ ਕਾਲਜ ਦੇ ਵਿੱਚ ਜਾ ਕੇ ਜਿਵੇਂ ਸਾਡੇ ਲਾਰਡ ਕ੍ਰਿਸ਼ਨਾ ਕਾਲਜ ਕਪੂਰਥਲਾ, ਭਵਾਨੀਗੜ੍ਹ ਇੱਕ ਕਾਲਜ ਹੈਗਾ, ਦੁਆਬਾ ਕਾਲਜ ਜਲੰਧਰ ਆ, ਲੋਕੋ ਕਾਲਜ ਆ, ਇਹ ਸਾਰੇ ਕਾਲਜ ਦੁਬਈ ਤੋਂ ਬਾਅਦ ਫਿਰ ਮਤਲਬ ਇਹ ਸੈਪਟੰਬਰ ਐਂਡ ਦੇ ਵਿੱਚ। ਹਾਂਜੀ ਸਾਰਾ ਉਹਨੂੰ, ਪਰ ਮੈਂ ਇਹ ਚਾਹੁੰਦੇ ਕਿ ਵੱਧ ਤੋਂ ਵੱਧ ਲੋਕਾਂ ਤੱਕ ਇਹ ਫਿਲਮ ਪਹੁੰਚੇ, ਕਿਉਂਕਿ ਜ਼ਿਆਦਾਤਰ ਮੈਸੇਜ ਇਹ ਵੀ ਸੁਸਾਈਡ ਨਹੀਂ ਕਰਨਾ ਚਾਹੀਦਾ, ਵੀ ਕਈ ਵਾਰੀ ਬੰਦਾ ਸੋਚਦਾ ਕਿ ਮਰਨ ਦੇ ਨਾਲ ਹੀ ਸਾਰੇ ਹੱਲ ਹੋ ਜਾਂਦੇ, ਪਰ ਇਹ ਸੱਚਾਈ ਨਹੀਂ। ਮਰਨ ਦੇ ਨਾਲ ਬੰਦਾ ਤਾਂ ਆਪ ਤਾਂ ਜਿਹਨੇ ਕਰਜ਼ਾ ਦੇਣਾ ਹੁੰਦਾ ਉਹ ਤਾਂ ਚਲਿਆ ਜਾਂਦਾ, ਪਰ ਉਹਦੀ ਫੈਮਿਲੀ ਨੂੰ ਕਿੰਨੀਆਂ ਪ੍ਰੋਬਲਮ ਦਾ ਸਾਹਮਣਾ ਕਰਨਾ ਪੈਂਦਾ, ਉਸ ਤੋਂ ਬਾਅਦ ਦੀ ਸਟੋਰੀ ਹੈ। ਅਤੇ ਫਿਰ ਬਈ ਜਿਹੜੀਆਂ ਕੁੜੀਆਂ ਸੁਸਾਈਡ ਕਰਦੀਆਂ, ਮੋਸਟਲੀ ਉਹਦੇ ਵਿੱਚ ਇਕੱਲੇ ਸਹੁਰੇ ਜ਼ਿੰਮੇਵਾਰ ਨਹੀਂ ਹੁੰਦੇ, ਕਿਤੇ ਨਾ ਕਿਤੇ ਪੇਕੇ ਵੀ ਜ਼ਿੰਮੇਵਾਰ ਹੁੰਦੇ ਆ, ਵੀ ਜਿਹੜੇ ਜਦੋਂ ਉਹਦੇ ਕੁੱਟ ਪੈਂਦੀ ਉਹ ਘਰ ਆਉਂਦੀ ਵਾਪਸ, ਵੀ ਮਾਂ ਮੈਨੂੰ ਤੰਗ ਕਰਦੇ, ਪਰ ਉਹ ਅਕਸਰ ਹੀ ਇਹ ਕਹਿੰਦੇ ਸੁਣੇ ਆਪਾਂ ਦੇਖੇ ਆ ਵੀ ਕੋਈ ਗੱਲ ਨਹੀਂ ਪੁੱਤ, ਕੋਈ ਨੂੰ ਕੱਟ ਲਾ ਦੇਣਾ ਉੱਥੇ ਦਿਨ ਕੱਟੇ ਜਾਣਗੇ, ਕੋਈ ਦਿਨ ਲਾਸ ਉੱਧਰ ਜਾਣਗੇ, ਪਰ ਇੱਦਾਂ ਹੁੰਦਾ ਨਹੀਂ। ਜਿਹੜੀ ਸ਼ਾਰਟਸ ਮੂਵੀ ਹੁੰਦੀਆਂ ਨੇ, ਹਾਂਜੀ, ਇਹ ਕਿੰਨੀਆਂ ਸਫਲ ਹੁੰਦੀਆਂ ਨੇ, ਜਿਸ ਤਰ੍ਹਾਂ ਤੁਸੀਂ ਉਸ ਨਾਲ ਸੋਚਿਆ ਹੋਊਗਾ ਇਹ ਬਣਾਉਣ ਤੋਂ ਪਹਿਲਾਂ? ਦੇਖੋ ਜੀ ਕਈ ਚੀਜ਼ਾਂ ਹੁੰਦੀਆਂ ਕਮਰਸ਼ੀਅਲ, ਬੰਦਾ ਕਮਰਸ਼ੀਅਲ ਐਂਗਲ ਤੋਂ ਸੋਚਦਾ, ਪਰ ਮੇਰੀ ਕੋਸ਼ਿਸ਼ ਹਮੇਸ਼ਾ ਜਦ ਦਾ ਮੈਂ ਸਿੰਗਿੰਗ ਲਾਈਨ 'ਚ ਹਾਂ ਵੀ ਮੈਂ ਕਮਰਸ਼ੀਅਲ ਐਂਗਲ ਨੂੰ ਕੋਸ਼ਿਸ਼ ਕੀਤੀ ਵੀ ਕਿਸੇ ਸਬਜੈਕਟ 'ਤੇ ਕੰਮ ਕਰਾਂ। ਅੱਜ ਤੱਕ ਜਿੰਨਾ ਵੀ ਗਾਇਆ ਕਿਸੇ ਥੀਮ ਨੂੰ ਲੈ ਕੇ ਮੈਂ ਗਾਇਆ, ਇਹ ਵੀ ਮੇਰਾ ਮਕਸਦ ਇਹ ਕਮਰਸ਼ੀਅਲ ਐਂਗਲ ਤੋਂ ਨਹੀਂ ਗਾ ਵੀ ਸਫਲ, ਪਰ ਮੈਨੂੰ ਇਹ ਚਾਹੁੰਦਾ ਵੀ ਵੱਧ ਤੋਂ ਵੱਧ ਇਹਦੇ ਨਾਲ ਲੋਕ ਜੁੜਨ, ਵੀ ਮੈਨੂੰ ਇਨਕਮ ਦੇ ਮਾਮਲੇ 'ਚ ਭਾਵੇਂ ਜ਼ੀਰੋ ਹੋਵੇ ਮੈਨੂੰ ਕੋਈ ਪਰਵਾਹ ਨਹੀਂ ਜੀ, ਪਰ ਉਹ ਹਰ ਬੰਦੇ ਤੱਕ ਪਹੁੰਚਣੀ ਚਾਹੀਦੀ। ਅਗਲਾ ਸਬਜੈਕਟ ਵੀ ਸੋਚਿਆ? ਅਗਲਾ ਸਬਜੈਕਟ ਹੈਗਾ ਜੀ, ਹਾਂ ਇੱਕ ਫਿਲਮ ਨੈਸ਼ 'ਤੇ ਮੈਂ ਅਸੀਂ ਬਣਾ ਰਿਹਾ। ਨੈਸ਼ ਜਿੱਦਾਂ ਅਕਸਰ ਹੀ ਪਿੰਡਾਂ ਦੇ ਵਿੱਚ ਹੁੰਦੇ ਵੀ ਆਹ ਬੰਦਾ ਨੈਸ਼ ਮੱਥੇ ਲੱਗ ਗਿਆ, ਮਤਲਬ ਇੱਕ ਵਹਿਮ ਆ ਉਹਦੇ ਅਗੇਂਸਟ ਆ ਵੀ ਇਹ ਚੀਜ਼ਾਂ ਕੁਛ ਨਹੀਂ ਹੁੰਦੀਆਂ, ਵੀ ਉਹਨੂੰ ਕਿਵੇਂ ਅਸੀਂ ਸਪਸ਼ਟ ਕਰਾਂਗੇ ਵੀ ਕਿੱਦਾਂ ਹੁੰਦਾ, ਉਹ ਕਿਵੇਂ ਕੰਮ ਕਰਦੇ ਆ, ਉਹਨਾਂ ਦੀ ਸੋਚ ਅਤੇ ਸਾਡੀ ਸੋਚ ਕੀ ਫਰਕ ਹੈ। ਸ਼ਾਰਟ ਫਿਲਮ ਹੀ ਆ ਜਾਂ ਕੋਈ? ਇਹ ਵੀ ਸ਼ਾਰਟ ਫਿਲਮ। ਹਾਂਜੀ, ਕਿੰਨੀ ਹਜੇ ਤਾਂ ਸਟੋਰੀ ਨੂੰ ਕੰਪਲੀਟ ਕੀਤਾ ਜੀ, ਉਹਨੂੰ ਬਾਅਦ ਵਿੱਚ ਨੈਕਸਟ ਮੰਥ ਅਸੀਂ ਸਟਾਰਟ ਕਰਾਂਗੇ। ਪਿੱਪਲੀ ਪੀਂਗਾਂ ਲੱਗਣ ਮੇਲੇ ਤੀਆਂ ਦੇ, ਲੇਖਾਂ ਦੇ ਵਿੱਚ ਲਿਖ ਦਈ ਰੱਬਾ ਤੀਆਂ ਦੇ, ਲੇਖਾਂ ਦੇ ਵਿੱਚ ਲਿਖ ਦਈ ਰੱਬਾ ਤੀਆਂ ਦੇ, ਪੁੱਤਰਾਂ ਨਾਲੋਂ ਵੱਧ ਕੇ ਤੀਆਂ ਮਾਪਿਆਂ ਦੇ ਨਾਲ ਪਿਆਰ ਕਰਦੀਆਂ, ਫਿਰ ਵੀ ਕਾਤੋਂ ਸੋਹਣੇ ਜੱਗ ਦਾ ਸਾਗਰ ਨਹੀਂ ਦੀਦਾਰ ਕਰਦੀਆਂ, ਕੋਈ ਜ਼ਿੰਦਗੀ ਵਰਗੀ ਚੀਜ਼ ਨਾ ਮਰਦੀਆਂ ਦੇ, ਲੇਖਾਂ ਦੇ ਵਿੱਚ ਲਿਖ ਦਈ ਰੱਬਾ ਤੀਆਂ ਦੇ। ਥੈਂਕ ਯੂ। ਸਰ ਫਸਟ ਟਾਈਮ ਡਾਇਰੈਕਸ਼ਨ ਕਰ ਰਹੇ, ਕਿਵੇਂ ਦਾ ਐਕਸਪੀਰੀਅੰਸ ਰਿਹਾ?
ਬਹੁਤ ਚੀਜ਼ਾਂ ਸਿੱਖੀਆਂ ਜੀ ਮੈਂ, ਕਿਉਂਕਿ ਫਿਲਮ ਦਾ ਕੰਸੈਪਟ ਥੋੜ੍ਹਾ ਹਟ ਕੇ ਹੁੰਦਾ ਹੈ ਗਾਣੇ ਦਾ, ਕਿਉਂਕਿ ਉਹ ਮੇਰੀ ਲਾਈਨ ਆ, ਮੈਂ ਜਿਵੇਂ ਉਹਨੂੰ ਕਰਦਾ ਰਿਹਾ, ਗਾਣੇ ਸ਼ੂਟ ਕੀਤੇ 4-5, ਮੈਂ ਉਹ ਡਾਇਰੈਕਟ ਵੀ ਕੀਤੇ ਆ, ਕੰਸੈਪਟ ਵੀ ਲਿਖੇ ਆ ਅਤੇ, ਪਰ ਫਿਲਮ ਦੀਆਂ ਕਈ ਚੀਜ਼ਾਂ ਵੀ ਨਵੀਆਂ ਸੀ ਜਿਹਦੇ 'ਚ ਮੈਨੂੰ ਲੱਗਦਾ ਸੀ ਵੀ ਮੈਂ ਵੀ ਇੱਕ ਸਟੂਡੈਂਟ ਦੇ ਤੌਰ 'ਤੇ ਉਹਨੂੰ ਬਣਾਉਣ ਦੀ ਕੋਸ਼ਿਸ਼ ਕੀਤੀ ਹੈ, ਵੀ ਮੈਂ ਬਹੁਤ ਚੀਜ਼ਾਂ ਮੈਨੂੰ ਜਿੱਥੋਂ ਵੀ ਸਿੱਖਣ ਨੂੰ ਮਿਲਿਆ ਮੈਂ ਸਿੱਖਿਆ, ਜਿਹਨੇ ਵੀ ਕਿਹਾ ਭਾਜੀ ਆਹ ਚੀਜ਼ ਇੱਦਾਂ ਨਹੀਂ ਇੱਦਾਂ, ਅਤੇ ਮੈਂ ਪਰ ਇਹ ਆ ਬਈ ਜੋ ਸਟੋਰੀ ਲਾਈਨ ਸੀ ਜਿਹਨੂੰ ਕਲੀਅਰ ਕਰਨਾ ਸੀ ਉਹ ਉੱਥੇ ਮੈਂ ਆਪਣੀ ਮਰਜ਼ੀ ਕੀਤੀ ਵੀ ਮੈਂ ਇਹਨੂੰ ਇੱਦਾਂ ਹੀ ਬਣਾਉਣਾ, ਬਈ ਇੱਕ ਫਿਲਮ ਦੀ ਆਤਮਾ ਨਹੀਂ ਮਰਨੀ ਚਾਹੀਦੀ, ਕੋਈ ਕੈਮਰੇ ਦਾ ਐਡਾ ਤਕੜਾ ਵਰਕ ਨਹੀਂ ਚਾਹੀਦਾ ਮੈਨੂੰ ਵੀ ਜਿਹਦੇ ਨਾਲ ਫਿਲਮ ਦੀ ਆਤਮਾ ਮਰ ਜਾਵੇ, ਲੋਕ ਦੇਖਣ ਕੈਮਰੇ ਦਾ ਕਿਆ ਕੰਮ ਵਧੀਆ ਸੀ, ਉਹ ਚੀਜ਼ਾਂ ਤੋਂ ਬਿਲਕੁਲ ਪਰੇ ਸਕਣ, ਸਿਰਫ ਨੈਚੁਰਲ ਸਟੋਰੀ ਚੱਲਦੀ ਆਪਣੇ ਹਿਸਾਬ ਦੇ ਨਾਲ ਚੱਲਦੀ, ਉੱਦਾਂ ਹੀ ਉਹਨੂੰ ਵੀ ਹਕੀਕਤ ਲੱਗਦੀ ਹੋਵੇ ਵੀ ਮਤਲਬ ਅੱਜ ਤੋਂ 20 ਸਾਲ ਪਹਿਲਾਂ ਦੀ ਸਟੋਰੀ ਅਸੀਂ ਜਿਹੜੀ ਉਹ ਸ਼ੂਟ ਕੀਤੀ। ਬਹੁਤ ਸਤਿਕਾਰਯੋਗ ਮੇਰੇ ਵੱਡੇ ਵੀਰ ਹੈ, ਹਮੇਸ਼ਾ ਹੀ ਸਮਾਜ ਦੀ ਸੇਵਾ ਵਿੱਚ ਹਿੱਸਾ ਪਾਉਂਦੇ, ਕਿਉਂਕਿ ਮੀਡੀਆ ਦਾ ਇੱਕ ਯੁੱਗ ਹੈ ਅੱਜ ਦੇ ਡੇਟ 'ਚ, ਮੀਡੀਆ ਦਾ ਬਹੁਤ ਪ੍ਰਭਾਵ ਹੈ, ਜਿਹੜੇ ਐਕਟਰ ਜਿਨ੍ਹਾਂ ਨੂੰ ਅਸੀਂ ਆਈਡਲ ਮੰਨਦੇ ਹਾਂ ਜੋ ਕੰਮ ਕਰਦੇ ਆ ਨੌਜਵਾਨ ਪੀੜ੍ਹੀ 'ਤੇ, ਉਹ ਬਹੁਤ ਵੱਡਾ ਪ੍ਰਭਾਵ ਛੱਡਦੇ ਆ, ਅਤੇ ਮੈਂ ਸਮਝਦਾ ਜਿਹੜੀ ਇਹਨਾਂ ਨੇ ਪਿਕਚਰ ਬਣਾਈ ਹੈ ਮੁਕਤੀ, ਸੁਸਾਈਡ ਦੇ ਉੱਤੇ, ਆਤਮ ਹੱਤਿਆ ਦੇ ਉੱਤੇ, ਆਤਮ ਹੱਤਿਆ ਸਾਡੇ ਅਸੀਂ ਲੀਡਰ ਲੋਕਾਂ ਦੇ ਸਮਾਜ ਦੇ ਸਾਡੇ ਉੱਤੇ ਮੱਥੇ ਉੱਤੇ ਕਲੰਕ ਹੈ ਬਹੁਤ ਵੱਡਾ, ਜਦੋਂ ਕੋਈ ਕਿਸਾਨ ਮਰਦਾ ਜਾਂ ਕੋਈ ਨੂੰਹ ਮਰਦੀ ਜਾਂ ਕੋਈ ਵੀ ਸੁਸਾਈਡ ਕਰਦਾ ਸਾਡੇ 'ਤੇ ਕਲੰਕ ਲੱਗਦਾ, ਉਹਦਾ ਇੱਕ ਮੈਸੇਜ ਦੇਣਾ, ਸ਼ੀਰਾ ਜਸਵੀਰ ਜੀ ਦਾ ਧੰਨਵਾਦ ਕਰਦੇ, ਉਹਨਾਂ ਨੇ ਬਹੁਤ ਵੱਡਾ ਮੈਸੇਜ ਦਿੱਤਾ, ਕਿਉਂਕਿ ਸੁਸਾਈਡ ਤੋਂ ਬਾਅਦ ਜਿਹੜੀ ਜ਼ਿੰਦਗੀ ਜਿਹੜੀ ਪਰਿਵਾਰ ਦੇ ਉੱਤੇ ਬੀਤਦੀ ਹੈ ਉਹ ਬਹੁਤ ਵੱਡਾ ਦੁੱਖ, ਕਿਉਂਕਿ ਉਹ ਸਾਰੀ ਉਮਰ ਵਾਸਤੇ ਇੱਕ ਕਲੰਕ ਬਣ ਜਾਂਦਾ ਉਹਨਾਂ ਦੇ ਪਰਿਵਾਰ ਦੇ ਵਾਸਤੇ, ਮੈਂ ਸਮਝਦਾ ਮੈਸੇਜ ਮੀਡੀਆ ਦੇ ਵਿੱਚ ਦੇਣਾ ਇਹ ਸਭ ਨਾਲ ਵੱਡਾ ਸਾਡੀ ਪ੍ਰਾਪਤੀ ਹੋਏਗੀ ਇਸ ਚੀਜ਼ ਦੀ, ਸਾਡਾ ਸਹਿਯੋਗ ਇਹਨਾਂ ਵਾਸਤੇ ਪੂਰਾ ਹੋਊਗਾ, 24 ਘੰਟੇ ਸਾਡੇ ਦਰਵਾਜ਼ੇ ਖੁੱਲ੍ਹੇ ਇਹਨਾਂ ਵਾਸਤੇ, ਕਿਉਂਕਿ ਕਈ ਕਲਾਕਾਰ ਹੁੰਦੇ ਸਿਰਫ ਕਮਰਸ਼ੀਅਲ ਤੱਕ ਹੀ ਰਹਿ ਜਾਂਦੇ, ਆਪਣੇ ਬਾਊਂਡ ਕਰ ਲੈਂਦੇ, ਆਪਣੇ ਆਪ ਨੂੰ ਪੈਸੇ ਤੱਕ ਹੀ ਕਰਨ, ਜਦਕਿ ਪੈਸਾ ਨਾਲ ਨਹੀਂ ਜਾਣਾ ਹਰ ਬੰਦੇ ਨੂੰ ਪਤਾ, ਪਰ ਸਮਝਦਾ ਕੋਈ ਕੋਈ ਹੈ, ਉਹਦੇ ਵਿੱਚ ਸ਼ੀਰਾ ਜਸਵੀਰ ਜੀ ਪਹਿਲੀ ਕਤਾਰ ਦੇ ਵਿੱਚ ਖੜ੍ਹੇ ਹੋਏ ਆ, ਅਤੇ ਮੈਂ ਇਹਨਾਂ ਨੂੰ ਸਹਿਯੋਗ ਵੀ ਪੂਰਾ ਭਰੋਸਾ ਦੇਣਾ ਵੀ ਸਾਡਾ ਜਿੱਥੇ ਜਿਸ ਤਰ੍ਹਾਂ ਦਾ ਸਹਿਯੋਗ ਮੰਗਣਗੇ, ਚਾਹੇ ਥੀਏਟਰ ਇੰਡਸਟਰੀ ਵੱਲੋਂ ਚਾਹੀਦਾ ਹੋਏਗਾ ਅਤੇ ਚਾਹੇ ਸਾਡੇ ਵੱਲੋਂ ਕਿਸੇ ਤਰ੍ਹਾਂ ਦਾ ਵੀ ਸਹਿਯੋਗ ਹੋਏਗਾ, ਅਸੀਂ ਇਹਨਾਂ ਨੂੰ ਦੇਵਾਂਗੇ ਕਿ ਜਿਹੜਾ ਸਾਡਾ ਮੈਸੇਜ ਹੈ ਅਸੀਂ ਵੀ ਸਮਾਜ ਸੇਵਾ ਦੇ ਵਿੱਚ ਹਿੱਸਾ ਪਾਉਣ ਦੀ ਕੋਸ਼ਿਸ਼ ਕਰਦੇ ਹਾਂ, ਅਤੇ ਇਹਨਾਂ ਦਾ ਜਿਹੜਾ ਸਮਾਜ ਸੇਵਾ 'ਚ ਹਿੱਸਾ ਪਾਇਆ ਉਹ ਬਹੁਤ ਵੱਡਾ, ਕਿਉਂਕਿ ਇਹਨਾਂ ਦਾ ਪ੍ਰਭਾਵ ਯੂਥ 'ਤੇ ਬਹੁਤ ਜਾਏਗਾ, ਮੈਂ ਬੈਂਸ ਸਾਹਿਬ ਦਾ ਵੀ ਅਤੇ ਮੇਰੇ ਪਾਰਟਨਰ ਚਾਵਲਾ ਸਾਹਿਬ ਦਾ, ਇਹਨਾਂ ਦਾ ਵੀ ਧੰਨਵਾਦ ਕਰਦਾ, ਉਮੀਦ ਕਰਦਾ ਕਿ ਸਾਰੇ ਅਸੀਂ ਰਲ ਕੇ ਇਹਨਾਂ ਨੂੰ ਸਹਿਯੋਗ ਕਰਾਂਗੇ ਇਸ ਵਿੱਚ। ਓਕੇ ਜੀ, ਥੈਂਕ ਯੂ।